ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਅਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀ ਵੀ ਯੂਟਿਊਬ ਚੈਨਲ। ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਲਈ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਇਆ ਜਨਾਬੇ ਲਈ, ਇਹ ਸੁਧੀਰ ਬਾਈ ਦੀ ਕੱਲ੍ਹ ਆਈ ਸੀ ਮੈਂ ਵੀਡੀਓ, ਔਰ ਮੇਰੇ ਭਰਾ ਮੇਰੇ ਦੋਸਤ ਮੇਰੇ ਇਲਾਕੇ ਦੇ ਨੇ, ਔਰ ਰਾਤੀ ਮੇਰੇ ਨਾਲ ਬਾਈ ਨੇ ਰਾਬਤਾ ਕੀਤਾ ਅਤੇ ਮੈਂ ਬਾਈ ਨੂੰ ਬਾਈ ਸੁਧੀਰ ਦਾ ਨੰਬਰ ਦੇ ਦਿੱਤਾ ਸੀ। ਇਸੇ ਤਰੀਕੇ ਸੀ ਭਾਈ ਜਾਨ ਜੀ, ਔਰ ਬਾਈ ਉੱਪਰ ਆਏ ਨੇ, ਇਹ ਦੂਰ ਆ ਗਏ ਉੱਪਰ ਆਏ ਨੇ, ਔਰ ਬਾਈ ਨੇ ਜਨਾਬੇ ਲਈ ਇਹ ਵਾਲੀ ਗਾਏ ਜਿਹੜੀ ਖਰੀਦੀ ਹੈ ਚੁਆਈ ਕਰ ਲਈ ਹੈ। ਸੁਧੀਰ ਬਾਈ ਨੂੰ ਆਪਾਂ ਪੈਸੇ ਦੇ ਦਿੱਤੇ, ਆ ਜਾਓ ਸੁਧੀਰ ਬਾਈ ਨੂੰ। ਮੇਰੇ ਨਾ ਜ਼ੁਬਾਨ 'ਤੇ ਥੋੜ੍ਹਾ ਜਿਹਾ ਨਾ ਅੰਦਰੋਂ ਪੱਕੀ ਖੜੀ ਜਿਹਦੀ ਵਜ੍ਹਾ ਤੋਂ ਨਾ ਥੋੜ੍ਹੀ ਗੱਲ ਨਹੀਂ ਕੀਤੀ ਜਾ ਰਹੀ। ਅੱਛਾ, ਸੁਧੀਰ ਬਾਈ ਜਿਹੜੀ ਆਪਾਂ ਆਪਦੀ ਗਾਂ ਵਿਖਾਈ ਹੈ ਜੀ, ਭਾਈ ਨੇ ਚੁਆਈ ਕਰਾ ਦਿੱਤੀ, ਮੁਕੰਮਲ ਤਸੱਲੀ ਕੀਤੀ ਦੋਵਾਂ ਭਾਈਆਂ ਨੇ, ਔਰ ਭਾਈ ਜਾਨ ਪੂਰੀ ਸ਼ਫਕਤ ਕੀਤੀ ਇਹਨੂੰ ਜੀ ਜੀ, ਪੂਰਾ ਯਾ ਕੀਤਾ ਜਿੰਨਾ ਕਰਨਾ ਚਾਹੀਦਾ ਜੀ ਜਨਾਬ। ਜਾਨਵਰ ਜੋ ਵੀਡੀਓ 'ਚ ਦੇਖਿਆ ਸੀ ਉਵੇਂ ਸੀ ਬਿਲਕੁਲ, ਉਹ ਫਰਕ ਤਾਂ ਨਹੀਂ ਨਾ ਜੀ, ਕੋਈ ਹੈਗਾ ਤਾਂ ਦੱਸ ਨਹੀਂ ਕਿਸੇ ਕਿਸੇ ਲੱਗੀ ਇਹ ਸਵੇਰੇ ਆ ਕੇ ਚੁਆਈ ਕੀਤੀ, ਇਹ ਗਲਤ ਤਾਂ ਨਹੀਂ ਨਿਕਲੇ ਭਾਈ? ਨਹੀਂ ਨਹੀਂ, ਪੂਰੇ ਇੱਕ ਭਾਈ ਪੇਮੈਂਟ ਕਰਾਉਣ ਲੱਗੇ ਸੀ ਉਹਨੂੰ ਮੈਂ ਮਨਾ ਕੀਤਾ ਗੁਜਰਾਤ ਤੋਂ, ਹਾਂਜੀ। ਅਤੇ ਮੇਰਾ ਭਰਾ ਇਹ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਆਪਣੇ ਇਲਾਕੇ ਦੇ ਭਰਾ ਨੇ, ਤੁਸੀਂ ਅੱਡਾ ਚਾਮੜ ਦੇ ਜੀ, ਅੱਡਾ ਚਾਮੜ ਅਤੇ ਪਾਕ ਬੰਦਨ ਦਾ ਅਤੇ ਸਰੀਰ ਦਾ ਤੁਹਾਡਾ ਕਿੰਨਾ ਫਾਸਲਾ? ਔਰ ਬਾਈ ਨੇ ਖਰੀਦ ਲਈ ਹੈ, ਅੱਲਾਹ ਤਾਲਾ ਮੇਰੇ ਭਰਾ ਦੇ ਨਸੀਬ ਚ ਕਰੇ, ਸਾਰਿਆਂ ਭਰਾਵਾਂ ਨੇ ਦੁਆ ਦੇਣੀ ਹੈ। ਔਰ ਵੈਡ ਚੈੱਕ ਕਰਾਓ ਜੀ, ਔਰ ਇਹ ਰਕਸ਼ੇ ਚ ਲਿਦੀਜਣ ਲੱਗੀ ਲਦਾ ਬਾਈ, ਕਿਉਂਕਿ ਸਾਡੇ ਇਲਾਕੇ 'ਚ ਜਾਣੀ ਹੈ, ਰਕਸ਼ੇ 'ਚ ਲਦੀਜਣ ਲੱਗੀ ਹੈ ਸਾਡੇ ਰੰਗਾ। ਇਹ ਵਾਹਿਦ ਤੁਹਾਡਾ ਦੇਸ਼ ਪੰਜਾਬ ਟੀ ਵੀ ਚੈਨਲ ਹੈ ਜਿਹਦੇ ਤੋਂ ਸਾਡੇ ਰੰਗਾ ਮਾਤੜ ਬੰਦਾ ਵੀ ਖਰੀਦ ਸਕਦਾ। ਇਹ ਨਹੀਂ ਕਿ ਜਨਾਬੇ ਲਈ ਕੋਈ ਲਾਈਨ ਲਾਟ ਹੀ, ਅਸੀਂ ਹਰ ਤਰ੍ਹਾਂ ਦਾ ਜਾਨਵਰ ਲਾਉਂਦੇ ਹਾਂ। ਸਾਡੇ ਜਿਹੜੇ ਤਗੜੇ ਵੀਰ ਨੇ, ਭਰਾ ਦੋਸਤ ਨੇ, ਜਿਨ੍ਹਾਂ ਨੂੰ ਅੱਲਾਹ ਨੇ ਅਤਾ ਕੀਤੀਆਂ ਨੇ ਅੱਲਾਹ ਦੀਆਂ ਦਿੱਤੀਆਂ ਨਿਮਤਾਂ, ਜਿਨ੍ਹਾਂ ਕੋਲ ਬੇਬਾਹ ਨੇ ਉਹ ਵੀ ਲੈ ਸਕਦੇ ਨੇ, ਜਿਹੜੇ ਸਾਡੇ ਰੰਗੇ ਮਾੜੇ ਭਰਾ ਦੋਸਤ ਸਾਡੇ ਚੈਨਲ ਨਾਲ ਜੁੜੇ ਨੇ ਸਾਡੇ ਤੋਂ ਉਹ ਵੀ ਜਾਨਵਰ ਲੈ ਸਕਣ, ਔਰ ਹਮੇਸ਼ਾ ਤੋਂ ਕੰਮ ਇਹ ਜੇ ਕਰੀਦੇ ਨੇ। ਔਰ ਇਹ ਜਨਾਬ ਮੇਰੇ ਵੀਰਾਂ ਦੇਖ ਲੈਣਾ, ਔਰ ਲਦਾਈ ਰਕਸ਼ੇ 'ਚ ਹੋਣ ਲੱਗੀ ਹੈ, ਰਕਸ਼ਾ ਬਾਈ ਆਦਾ ਲੈ ਕੇ ਆਏ ਨੇ। ਮੈਂ ਸੁਧੀਰ ਬਾਈ ਦੀ ਵੀਡੀਓ ਲਗਾਉਣ ਆਇਆ ਸਾਂ ਅਤੇ ਇੱਕ ਬਾਈ ਨਾਲ ਕਰ ਦਿੱਤੀ ਰਾਤ ਨੂੰ, ਇਹਨਾਂ ਨੇ ਟੋਕਨ ਨਹੀਂ ਕਰਾਇਆ ਸੀ, ਮੈਂ ਸ਼ਾਇਦ ਬਾਈ ਨਾ ਆਉਣ। ਹੈ ਜਨਾਬੇ ਅਲੀ ਰਕਸ਼ੇ 'ਚ ਲਦਾਈ ਕਰਨ ਲੱਗੇ ਨੇ, ਇੱਥੋਂ 12 ਕਿਲੋਮੀਟਰ ਅੱਗੇ ਜਾਣੀ ਹੈ ਰਕਸ਼ਾ ਜੀ। ਔਰ ਮੇਰੇ ਭਰਾਵਾਂ ਨੇ ਦੇਖ ਲੈਣਾ, ਅੱਲਾਹ ਤਾਲਾ ਮੇਰੇ ਭਰਾ ਦੇ ਨਸੀਬ 'ਚ ਕਰੇ ਦੋ ਭਰਾਵਾਂ ਦੇ, ਜਨਾਬ ਇੰਜ ਦੇ ਕੰਮ ਆਪਣੇ ਭਰਾਵਾਂ ਲਈ ਕਰੇ ਤੁਹਾਨੂੰ। ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੁਏ ਨੂੰ ਦੇਣ ਇਜਾਜ਼ਤ, ਅੱਲਾ ਨਿਗਵਾਨ, ਪਾਕਿਸਤਾਨ ਜ਼ਿੰਦਾਬਾਦ।